ਮੇਰੀ ਘਰਵਾਲੀ ਬੜੇ ਧਾਰਮਿਕ ਵਿਚਾਰਾਂ ਦੀ ਹੈ। ਤੜਕੇ ਉੱਠ ਕੇ ਨੰਗੇ ਪੈਰੀ ਮੰਦਰ ਮਸਜਿਦ ਗੁਰਦੁਆਰੇ ਜਾਂਦੀ ਹੈ। ਜੁੱਤੀ ਚੱਪਲ ਵਿੱਚ ਕੋਈ ਫਰਕ ਨਹੀਂ ਸਮਝਦੀ। ਜਿਹੜੀ ਫਿੱਟ ਆ ਜੇ, ਜਿਹੜੀ ਪੂਰੀ ਆ ਜੇ, ਪਾ ਕੇ ਘਰੇ ਆ ਜਾਂਦੀ ਹੈ। ਉਹ ਭਰਾਵੋ ਗੱਲ ਹੀ ਕੋਈ ਨਹੀਂ, ਸਾਡਾ ਇੱਕ ਗਵਾਂਢੀ ਹੈ, ਗਵਾਂਢੀ ਗਵਾਂਢੀ ਓਹੋ ਪੁੱਛੋ ਹੀ ਨਾ ਮਹਾਰਾਜ, ਇਹੋ ਜਿਹੇ ਗਵਾਂਢੀ ਸਿਰ ਦਰਦ ਹੁੰਦੇ ਆ। ਪਰ ਮੇਰਾ ਗਵਾਂਢੀ, ਮੇਰਾ ਦੋਸਤ ਸੂਫੀ, ਇੱਕ ਦਿਨ ਮੈਂ ਆਪਦੇ ਕੋਠੇ ਉੱਤੇ ਬੈਠਾ ਅਤੇ ਉਹਨਾਂ ਦੇ ਘਰੋਂ ਚੰਗਾੜਾਂ ਦੀ ਆਵਾਜ਼ਾਂ ਆਈ ਜਾਣ, ਢਾਹ ਤੇਰੀ ਦੀ ਆਏ ਮਾਰਤਾ, ਢਾਹ ਤੇਰੇ ਦੀ ਓਏ ਮਾਰਤਾ, ਢਾਹ ਤੇਰੇ ਦੀ ਆਏ ਮਾਰਤਾ। ਮੈਂ ਕਿਹਾ ਪਤਾ ਨਹੀਂ ਆ ਕੀ ਰੌਲਾ ਜਿਹਾ ਪੈ ਗਿਆ ਸੂਫੀ ਘਰੇ। ਮੈਂ ਕੰਧ ਟੱਪ ਕੇ ਉਹਨਾਂ ਦੇ ਘਰੇ ਗਿਆ ਅਤੇ ਸੂਫੀ ਆਪਣੇ ਜਵਾਕ ਨੂੰ ਕੁੱਟੀ ਜਾਵੇ, ਰਾਮ ਜ਼ਿਆਦਾ ਪੜ੍ਹਦਾ ਨਹੀਂ, ਮਾਰਦਾ ਬਾਪੂ ਪੜ੍ਹਦਾ ਨਹੀਂ ਜਾ, ਬਿਸ਼ ਮਾਰਦਾ ਬਾਪੂ। ਮੈਂ ਕਿਹਾ ਸੂਫੀ ਗੱਲ ਕੀ ਹੋ ਗਈ, ਜਵਾਕ ਕਿਉਂ ਕੁੱਟੀ ਜਾਣਾ? ਉਹ ਤੂੰ ਪਰਾ ਹੋ, ਇਹ ਮੇਰਾ ਆਪਣਾ ਨਿੱਜੀ ਮਾਮਲਾ, ਨਿੱਜੀ ਮਾਮਲਾ, ਡਿਸ਼ੂ ਮਾਵਾ ਮਾਰਦਾ ਬਾਪੂ, ਜਵਾਕ ਨੂੰ ਕੁੱਟੀ ਜਾਵੇ, ਅਡਿਸ਼ੂ। ਮੈਂ ਕਿਹਾ ਗੱਲ ਕੀ ਹੋ ਗਈ, ਜਵਾਕ ਨੂੰ ਕਿਉਂ ਕੁੱਟੀ ਜਾਣਾ? ਕਹਿੰਦਾ ਚੁੱਪ ਕਰ ਯਾਰ, ਤੈਨੂੰ ਪਤਾ ਨਹੀਂ ਮੇਰਾ ਆਪਣਾ ਨਿੱਜੀ ਮਾਮਲਾ, ਰਾਮ ਜ਼ਿਆਦਾ ਪੜ੍ਹਦਾ ਨਹੀਂ, ਆਏ ਮਾਰਤਾ ਬਾਪੂ, ਆਏ ਮਾਰਤਾ ਬਾਪੂ। ਮੈਂ ਕਿਹਾ ਕੁੱਟੀ ਕਿਉਂ ਜਾਂਦਾ? ਉਹ ਕਹਿੰਦਾ ਕੁੱਟਾਣਾ ਤਾਂ ਹੋਰ ਕੀ ਕਰਾਂ, ਇਸ ਹਰਾਮਜ਼ਾਦੇ ਦਾ ਕੱਲ੍ਹ ਨੂੰ ਰਿਜ਼ਲਟ ਆਉਣਾ ਅਤੇ ਮੈਂ 5 ਦਿਨਾਂ ਲਈ ਬਾਹਰ ਜਾਣਾ। ਲੈ ਦੱਸੋ, ਇਹੋ ਜਿਹੇ ਦੂਰਦਰਸ਼ੀ ਬੰਦੇ ਵੀ ਹੁੰਦੇ ਆ। ਮੈਂ ਆਖਿਆ ਭਾਈ ਸਾਹਿਬ ਗੱਲ ਕੀ ਹੋ ਗਈ, ਇਹਨੂੰ ਜਵਾਕ ਨੂੰ ਕੁੱਟਣ ਦੀ ਕੀ ਲੋੜ ਆ? ਕਹਿੰਦਾ ਗੱਲ ਕੁਛ ਨਹੀਂ ਭਰਾਵਾ, ਮੈਂ ਅਮਰੀਕਾ ਜਾਣ ਦੀ ਸੋਚ ਰਿਹਾ, ਮੈਨੂੰ ਤੂੰ ਦੱਸ ਸ਼ਾਦ ਭਰਾ ਕਿੰਨੇ ਪੈਸੇ ਲੱਗਦੇ ਆ? ਮੈਂ ਕਿਹਾ ਕੋਈ ਪੈਸੇ ਨਹੀਂ ਲੱਗਦੇ, ਮੈਂ 50 ਵਾਰੀ ਸੋਚਿਆ, ਮੇਰਾ 1 ਪੈਸਾ ਨਹੀਂ ਲੱਗਦਾ, ਤੂੰ 1 ਵਾਰੀ ਸੋਚ ਲਾ ਤਾਂ ਵੀ ਕੋਈ ਖਾਸ ਗੱਲ ਨਹੀਂ। ਕੀ ਕਰੀਏ ਯਾਰ, ਮੈਂ ਤਾਂ ਇੰਨਾ ਦੁਖੀ ਹਾਂ ਆਪਦੇ ਪੜੋਸੀਆਂ ਤੋਂ, ਆਪਦੇ ਗਵਾਂਢੀਆਂ ਤੋਂ ਇੰਨਾ ਦੁਖੀ ਹਾਂ। ਇੱਕ ਦਿਨ ਰਾਤ ਨੂੰ ਮੈਨੂੰ ਟੱਕਰ ਗਿਆ ਸੂਫੀ, ਥੈਲਾ ਫੜਿਆ ਹੋਇਆ, ਟੱਪਕ 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 ਤੁਰਦਾ ਆਵੇ। ਮੈਂ ਕਿਹਾ ਸੂਫੀ, ਉਹ ਯਾਰ ਥੈਲੇ 'ਚ ਕੀ ਆ? ਵਾ ਤੈਨੂੰ ਨਹੀਂ ਪਤਾ, ਕਹਿੰਦਾ ਤੈਨੂੰ ਨਹੀਂ ਪਤਾ, ਇਹ ਥੈਲੇ 'ਚ ਬਿੱਲੀ ਹੈ। ਮਿਆਉ ਬਿੱਲੀ? ਮੈਂ ਕਿਹਾ ਬਿੱਲੀ, ਉਹ ਬਿੱਲੀ ਤੂੰ ਕੀ ਕਰਨੀ ਹੈ? ਉਹ ਕਹਿੰਦਾ ਭਰਾਵਾ ਤੈਨੂੰ ਨਹੀਂ ਪਤਾ, ਜਦੋਂ ਮੈਂ ਦਾਰੂ ਪੀ ਲੈਂਦਾ ਨਾ ਦਾਰੂ, ਅਤੇ ਮੈਨੂੰ ਚੂਹੇ ਦਿਸਣ ਲੱਗ ਪੈਂਦਾ, ਚੂਹੇ। ਉਹ ਮੈਂ ਕਿਹਾ ਸੂਫੀ, ਓਏ ਸੂਫੀ, ਉਹ ਤੂੰ ਕਹਿੰਦੇ ਸੋਫੀ ਵੀ ਰਿਹਾ ਕਰ, ਉਹ ਜਿਹੜੇ ਚੂਹੇ ਤੈਨੂੰ ਦਿਸਦੇ ਆ ਨਾ, ਉਹ ਝੂਠੇ ਹੁੰਦੇ ਆ, ਕਾਲਪਨਿਕ ਹੁੰਦੇ ਆ। ਅੱਛਾ, ਝੂਠੇ ਹੁੰਦੇ ਆ, ਕਾਲਪਨਿਕ ਹੁੰਦੇ ਆ? ਓਏ ਕਮਲਿਆ, ਆਪਣੀ ਬਿੱਲੀ ਵੀ ਕਿਹੜਾ ਸੱਚੀ ਹੈ, ਇਹ ਵੀ ਝੂਠੀ ਹੈ। ਆਹ ਮੱਖੀਆਂ ਜੀਆਂ ਵੀ ਬੜੀਆਂ ਟਿਚਰਾਂ ਕਰਦੀ ਹੈ, ਉਹ ਕਰੀਏ ਕੀ ਭਰਾਵਾ, ਉਹ ਟਿਚਰਾਂ ਹਰ ਥਾਂ ਮਿਲ ਜਾਂਦੀਆਂ। ਇੱਕ ਦਿਨ ਮੈਂ ਅਰਥੀ ਵੇਖੀ ਜਾਂਦੀ, ਅਰਥੀ ਜਾ ਰਹੀ ਸੀ, ਰਾਮ ਨਾਮ ਸੱਤ ਹੈ ਇੱਕ ਬੰਦਾ ਘੱਟ ਹੈ, ਰਾਮ ਨਾਮ ਸੱਤ ਹੈ ਇੱਕ ਬੰਦਾ ਘੱਟ ਹੈ। ਮੈਂ ਕਿਹਾ ਵੀ ਪਤਾ ਨਹੀਂ ਕੀ ਗੱਲ ਹੋ ਗਈ, ਹੈਂ, ਅਰਥੀ ਦੇ ਮੂਹਰੇ ਇੱਕ ਕੁੱਤਾ ਜਾ ਰਿਹਾ ਸੀ, ਅਤੇ ਅਰਥੀ ਦੇ ਪਿੱਛੇ ਦੁਨੀਆ। ਮੈਂ ਕਿਹਾ ਵੀ ਯਾਰ ਨਵਾਂ ਜਿਹਾ ਕੰਬੀਨੇਸ਼ਨ ਵੇਖਿਆ, ਵੀ ਅਰਥੀ ਦੇ ਮੂਹਰੇ ਕੁੱਤਾ ਅਤੇ ਮਗਰ ਦੁਨੀਆ। ਮੈਂ ਹੌਲੀ ਕੁ ਦਿਨੇ ਅਰਥੀ ਵਾਲੇ ਦੇ ਨਾਲ ਹੋ ਗਿਆ ਅਤੇ ਨਾਲ ਦੀ ਨਾਲ ਸ਼ੁਰੂ ਕਰਤਾ, ਰਾਮ ਨਾਮ ਸੱਤ ਹੈ ਇੱਕ ਬੰਦਾ ਘੱਟ ਹੈ। ਲਓ ਜੀ, ਮੈਂ ਨਾਲ ਵਾਲੇ ਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਕੌਣ ਮਰ ਗਿਆ? ਕਹਿੰਦਾ ਉਹ ਭਾਈ ਸਾਹਿਬ ਜਾਂਦੇ ਆ, ਉਹਨਾਂ ਦੀ ਘਰਵਾਲੀ ਮਰ ਗਈ। ਮੈਂ ਕਿਹਾ ਅੱਛਾ। ਮੈਂ ਕਿਹਾ ਉਹ ਕੁੱਤਾ, ਮਤਲਬ ਕੁੱਤੇ ਦਾ ਕੀ ਇਹਦੇ ਵਿੱਚ ਯੋਗਦਾਨ ਹੈ? ਕਹਿੰਦਾ ਦਰਅਸਲ ਪਤਾ ਕੀ ਗੱਲ ਹੈ, ਉਹ ਕੁੱਤੇ ਨੇ ਉਸ ਘਰਵਾਲੀ ਨੂੰ ਵੱਢਿਆ ਸੀ ਅਤੇ ਉਹ ਮਰ ਗਈ। ਮੈਂ ਕਿਹਾ ਵਾਹ। ਲਓ ਜੀ, ਮੈਂ ਹੱਥੀ ਦੇ ਨਾਲ ਨਾਲ ਤੁਰਿਆ ਗਿਆ, ਮੈਂ ਉਸ ਬੰਦੇ ਕੋਲ ਗਿਆ ਜਿਹਦੀ ਘਰਵਾਲੀ ਮਰ ਗਈ। ਮੈਂ ਕਿਹਾ ਭਾਈ ਸਾਹਿਬ 2 ਕੁ ਦਿਨ ਲਈ ਕੁੱਤਾ ਮਿਲ ਜੂ? ਕਹਿੰਦਾ ਨਾ, 6 ਮਹੀਨੇ ਨਹੀਂ ਮਿਲਦਾ। ਮੈਂ ਕਿਹਾ ਕਿਉਂ? ਉਹ ਅਰਥੀ ਦੇ ਪਿੱਛੇ ਕਹਿੰਦਾ ਜਿੰਨੇ ਬੰਦੇ ਆਏ ਆ, ਸਾਰਾ ਕੁੱਤੇ ਹੀ ਲੈਣ ਹੀ ਆਏ ਆ।